55 ਸਾਲਾ ਔਰਤ ਨਾਲ ਜ਼ਬਰ ਜਨਾਹ। ਅੰਮ੍ਰਿਤਸਰ ਦੇ ਥਾਣਾ ਲੁਪੋਕੇ ਅਧੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਇੱਕ 55 ਸਾਲਾ ਔਰਤ ਨਾਲ ਜ਼ਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੀੜਿਤ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਸੀ ਤਾਂ ਪਿੰਡ ਲੋਧੀ ਗੁੱਜਰ ਦਾ ਮਹਿੰਦਰ ਸਿੰਘ ਨਾਂ ਦਾ ਵਿਅਕਤੀ ਉਹਨਾਂ ਦੇ ਘਰ ਦਾਖਲ ਹੋ ਗਿਆ, ਜਿਸ ਨੇ ਕਿ ਉਸ ਨਾਲ ਜ਼ਬਰ ਜਨਾਹ ਕੀਤਾ। ਤੁਸੀਂ ਇਹ ਘਰ ਵਿੱਚ ਇਕੱਲੇ ਰਹਿੰਦੇ ਆ? ਇਸ ਘਰ ਦਾ ਕੋਈ ਆਦਮੀ ਹੈ ਨਹੀਂ ਤੁਹਾਡੇ? ਕਿੱਥੇ ਗਏ ਉਹ? ਕਿੱਥੇ ਗਏ? ਕੋਈ ਨਹੀਂ, ਘਰ ਕਾ ਮਕਾਨ। ਬੱਚੇ ਵੀ ਘਰ? ਹਾਂਜੀ। ਇਸ ਸੰਬੰਧੀ ਜਾਂਚ ਅਧਿਕਾਰੀ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਤੇ ਮਹਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤੇ ਮੈਂ ਮੌਕੇ ਤੇ ਆਈ ਆ। ਇਸ ਲੇਡੀਜ਼ ਦੀ ਮੈਂ ਸਟੇਟਮੈਂਟ ਲਿਖੀ ਆ। ਇਸ ਨੇ ਦੱਸਿਆ ਕਿ ਮੇਰੇ ਹਸਬੰਡ, ਮੇਰੇ ਬੱਚੇ ਜਿਹੜੇ ਸੀਗੇ ਮਿਹਨਤ ਮਜ਼ਦੂਰੀ ਦੇ ਸੰਬੰਧ ਚ ਗਏ ਸੀਗੇ, ਔਰ ਇੱਕ ਮਹਿੰਦਰ ਸਿੰਘ ਹੈਗਾ ਵਾਸੀ ਲੋਧੀ ਗੁਜ਼ਰ ਦਾ, ਕੋਈ 55 ਕੁ ਸਾਲ ਉਮਰ ਦੀ ਆ। ਤੇ ਉਹਨਾਂ ਨੇ ਇਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਆ, ਇਹਨਾਂ ਦੀ ਸਹਿਮਤੀ ਤੋਂ ਬਗੈਰ। ਪਰਚਾ ਦਰਜ ਕਰ ਦਿੱਤਾ ਹੋਇਆ ਹੈ। 376 ਲਗਾਈ ਹੈ ਜੀ, 506 ਲੱਗੀ ਹੈ ਜੀ, SC ਐਕਟ ਲੱਗਿਆ, ਕਾਰਵਾਈ ਹੋ ਗਈ ਹੈ ਜੀ। ਪਰਚਾ ਹੋ ਗਿਆ ਰਜਿਸਟਰ ਜੀ? ਹੋ ਗਿਆ।